ਹਾਂਜੀ ਦੋਸਤੋ ਮਕੈਨੀਕਲ ਲੌਜਿਕ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ ਕਲੱਚ ਆਪਣੇ ਲੇਥ ਮਸ਼ੀਨ ਦਾ ਕਲੱਚ ਤੇ ਇੱਕ ਕਲੱਚ ਵੈਸੇ ਤਾਂ ਕਈ ਤਰ੍ਹਾਂ ਦਾ ਹੁੰਦਾ ਜ਼ਿਆਦਾਤਰ ਲੇਥ ਦੇ ਵਿੱਚ ਮੈਗਨੈਟਿਕ ਕਲੱਚ ਤੇ ਇੱਕ ਮਕੈਨੀਕਲ ਕਲੱਚ ਇਹ ਦੋਸਤੋ ਦੋ ਤਰ੍ਹਾਂ ਦਾ ਕਲੱਚ ਫਿੱਟ ਹੋਇਆ ਹੁੰਦਾ ਤੇ ਜਿਹਦੀ ਮਦਦ ਨਾਲ ਲੇਥ ਦੇ ਵਿੱਚ ਇਦੋਂ ਆਪਾਂ ਚੱਕੇ ਨੂੰ ਚਲਾਉਨੇ ਆ ਤੇ ਇੱਕ ਤਾਂ ਚੱਕੇ ਨੂੰ ਕਨੈਕਟ ਕਰਨ ਵਾਸਤੇ ਹੁੰਦਾ ਇੱਕ ਗੇਰਾਂ ਵਾਸਤੇ ਵੀ ਹੁੰਦਾ ਅਲੱਗ-ਅਲੱਗ ਮਸ਼ੀਨਾਂ ਵਾਸਤੇ ਹੁੰਦਾ ਤੇ ਇਹ ਦੋਸਤੋ ਇਹ ਵਾਲਾ ਕਲਚ ਆਪਣੇ ਲੇਥ ਮਸ਼ੀਨ 'ਚ ਲੱਗਾ ਹੋਇਆ ਸੀ ਤੇ ਇਹ ਵਾਲਾ ਦੋਸਤੋ ਜੋ ਦਿਖਾ ਰਿਹਾ ਮੈਂ ਉਂਗਲ ਨਾਲ ਇਹ ਲੋਕ ਲੱਗਾ ਹੋਇਆ ਤੇ ਇਹ ਜਿਹੜੀਆਂ ਆਪਣੀਆਂ ਪ੍ਰੈਸ਼ਰ ਪਲੇਟਾਂ ਨੇ ਇਹਨਾਂ ਨੂੰ ਟਾਈਟ ਕਰਨ ਵਾਸਤੇ ਜਾਂ ਲੋਜ ਕਰਨ ਵਾਸਤੇ ਆ ਜਿੱਥੇ ਆਪਣੀ ਸੈਟਿੰਗ ਸਹੀ ਆ ਜਾਵੇ ਤੇ ਉਹਦੇ ਵਾਸਤੇ ਆ ਦੋਸਤੋ ਤੇ ਇਹ ਜਿਹੜਾ ਵਿੱਚ ਮੂਵ ਕਰ ਰਿਹਾ ਦੋਸਤੋ ਇਹਦੇ ਨਾਲ ਕਲਚ ਰਿਵਰਸ ਤੇ ਫਾਰਵਰਡ ਚੱਲਦਾ ਤੇ ਇਹ ਜੋ ਕਲਚਰ ਲੱਗੇ ਹੋਏ ਨੇ ਦੋਸਤੋ ਇਹ ਜਿਹੜੇ ਇਹਨਾਂ ਨੂੰ ਕਲੈਂਪ ਤੇ ਡੀ ਕਲੈਂਪ ਕਰਦੇ ਆ ਤੇ ਜਦੋਂ ਕਲਚ ਦੇ ਮੂਵਮੈਂਟ ਕਰਨੀ ਹੁੰਦੀ ਆ ਤੇ ਹੁਣ ਆਪਾਂ ਦੋਸਤੋ ਇਹ ਕਲਚ ਬਾਹਰ ਲੈ ਆਂਦਾ ਮਸ਼ੀਨ ਚੋਂ ਤੇ ਆਪਾਂ ਖੋਲਣ ਲੱਗੇ ਆ ਇੱਕ ਸਾਈਡ ਤੋਂ ਲੱਗੀ ਹੋਈ ਪਲੇਟ ਸੀ ਇਹ ਇਹ ਪਲੇਟ ਆਪਾਂ ਉਤਾਰਤੀ ਆ ਇਹਦੇ ਵਿੱਚ ਦੋਸਤੋ ਇੱਥੇ 베アリング ਫਿੱਟ ਹੋਇਆ ਹੁੰਦਾ ਤੇ ਲੋਕ ਪਏ ਹੁੰਦੇ ਨੇ ਤੇ ਉਹ ਲੋਕ ਨੂੰ ਵੀ ਆਪਾਂ ਖੋਲਾਂਗੇ ਤੇ ਜਿਹੜੀ ਇਹ ਦੋਸਤੋ ਅਗਲੇ ਪਾਸਿਓ ਇਹ ਆਪਾਂ ਨੇ ਹੁਣ ਪਲੇਟ ਉਤਾਰੀ ਆ ਇਹਦੇ ਚ ਇਧਰਲੇ ਪਾਸੇ ਸੀਲ ਲੱਗੀ ਹੋਈ ਆ ਤੇ ਅੱਗੇ ਇਹਦੇ 베アリング ਫਿੱਟ ਆ ਇਹ ਬਾਡੀ ਦੇ ਨਾਲ ਜਾ ਕੇ ਫਿੱਟ ਹੋ ਜਾਂਦਾ ਤੇ ਹੁਣ ਦੋਸਤੋ ਆਪਾਂ ਜਿਹੜੇ ਲੋਕ ਪਾਏ ਹੋਏ ਨੇ ਉਹ ਲੋਕਾਂ ਨੂੰ ਪਹਿਲਾਂ ਖੋਲੀਏ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹ ਪੂਰੇ ਦਾ ਪੂਰਾ ਕਲੱਚ ਆਪਾਂ ਇਹ ਬਾਹਰ ਕੱਢ ਲੈਣਾ ਦੋਸਤੋ ਤੇ ਇਹ ਜਿਹੜੀਆਂ ਆਪਣੇ ਜਿੱਦਾਂ ਹੁਣ ਆ ਬੈਰਿੰਗ ਆ ਇਹ ਦੂਸਰੀ ਸਾਈਡ ਆ ਦੋਸਤੋ ਤੇ ਬੈਰਿੰਗ ਤੋਂ ਬਾਅਦ ਦੇ ਵਿੱਚ ਇੱਕ ਬੁਸ਼ ਲੱਗਿਆ ਹੁੰਦਾ ਇਹਦੇ ਵਿੱਚ ਜਿਹੜੇ ਇੱਕ ਬੈਰਿੰਗ ਨੇ ਉਹ ਬ੍ਰੀਕ ਗੋਲੀ ਦੇ ਪਾਏ ਹੁੰਦੇ ਨੇ ਤਾਂ ਕਿ ਜਦੋਂ ਕਲੱਚ ਪਲੇਟਾਂ ਪ੍ਰੈਸ਼ਰ ਆਪਦਾ ਪਾਉਂਦੀਆਂ ਨੇ ਤੇ ਸਾਈਡ ਤੇ ਇਹਨੂੰ ਜੋੜਨਾ ਪਾਉਣ ਹੁਣ ਆਪਣੇ ਦੋਸਤੋ ਇਹ ਵੱਡਾ ਕਲੱਚ ਸੀਗਾ ਤੇ ਇਹਦੀਆਂ ਜਿਹੜੀਆਂ ਪਲੇਟਾਂ ਨੇ ਦੋਸਤੋ ਆ ਅੰਦਰ ਵਾਲੀਆਂ ਜੋ ਕਾਲੀ-ਕਾਲੇ ਰੰਗ ਦੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਇੱਕ ਹੁੰਦੀ ਆ ਪ੍ਰੈਸ਼ਰ ਪਲੇਟ ਤੇ ਇੱਕ ਹੁੰਦੀ ਆ ਆਪਣੇ ਹੁੰਦੀ ਆ ਫ੍ਰਿਕਸ਼ਨ ਪਲੇਟ ਤੇ ਦੋ ਪਲੇਟਾਂ ਨੇ ਜਿਹੜੀਆਂ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੀਆਂ ਨੇ ਤੇ ਇਹ ਵਾਲਾ ਦੋਸਤੋ ਹੁਣ ਆਪਾਂ ਲੱਗਿਆ ਬਾਹਰ ਕੱਢਣ ਵਾਸਤੇ ਤੇ ਇੱਕ ਸਾਈਡ ਤੋਂ ਆਪਾਂ ਇਹ ਆਪਾਂ ਗੀਅਰ ਤੇ ਇਹਦਾ ਜਿਹੜਾ ਕਲਚ ਕਵਰ ਆ ਡਰਾਈਵਿੰਗ ਕੱਪ ਵੀ ਕਹਿੰਦੇ ਆ ਇਹਨੂੰ ਏ ਦੋਸਤੋ ਬਾਹਰ ਕੱਢ ਲਿਆ ਆਪਾਂ ਡਰਾਈਵਿੰਗ ਕੱਪ ਤੇ ਕਲਚ ਬਾਸਕਟ ਵੀ ਕਹਿੰਦੇ ਆ ਕਈ ਬੰਦੇ ਆਪੋ ਆਪਣੇ ਨਾਂ ਨੇ ਤੇ ਇਹ ਦੋਸਤੋ ਕਲਚ ਨੂੰ ਜਦੋਂ ਚਲਾਉਂਦੇ ਆ ਆਪਾਂ ਤੇ ਇਹ ਤਿੰਨ ਪੀਸ ਲੱਗੇ ਹੁੰਦੇ ਨੇ ਇਹ ਕਲਚਰ ਵੀ ਕਹਿੰਦੇ ਆ ਦੋਸਤੋ ਤੇ ਇਹਨੂੰ ਆਪਾਂ ਹੁਣ ਆਪਾਂ ਇਹਨੂੰ ਹੁਣ ਬਾਹਰ ਕੱਢਾਂਗੇ ਤੇ ਇਹ ਆਪਾਂ ਅੱਗੇ ਜਿਹੜਾ ਇੱਕ ਹੋਰ ਲੌਕ ਪਿਆ ਹੋਇਆ ਸੀਗਾ ਤੇ ਉਹ ਆਪਾਂ ਸਰਕਲਪ ਬਲੌਕ ਬਾਹਰ ਕੱਢਤਾ ਦੋਸਤੋ ਤੇ ਹੁਣ ਇਹਦੇ ਵਿੱਚੋਂ ਆਪਾਂ ਪਲੇਟਾਂ ਵੀ ਬਾਹਰ ਕੱਢਣੀਆਂ ਨੇ ਤੇ ਇਹ ਆਪਾਂ ਨੂੰ ਦੋਸਤੋ ਜਿਹੜੇ ਕਲਚ ਦੇ ਲੱਗੇ ਹੋਏ ਨੇ ਤਿੰਨ ਪੀਸ ਕਲਚਰ ਇਹ ਵੀ ਬਾਹਰ ਕੱਢਨੇ ਪੈਣੇ ਆ ਹੁਣ ਆਪਾਂ ਦੋਸਤੋ ਪੂਰੇ ਦਾ ਪੂਰਾ ਸ਼ਾਵਰਟ ਦੇ ਵਿੱਚੋਂ ਇਹ ਪੂਰਾ ਕਲਚ ਰਿਵਰਸ ਤੇ ਫਾਰਵਰਡ ਵਾਲਾ ਦੋਸਤੋ ਬਾਹਰ ਕੱਢ ਲਿਆ ਤੇ ਇਹਦੇ ਵਿੱਚ ਦੋਸਤੋ ਜਿਹੜੀਆਂ ਇਹਦੇ ਵਿੱਚ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਇਹ ਪ੍ਰੋਬਲਮ ਇਹ ਆ ਗਈ ਕਿ ਦੋਸਤੋ ਇਹਦੀਆਂ ਜਿਹੜੀਆਂ ਪਲੇਟਾਂ ਨੇ ਆਹ ਵਾਲੀਆਂ ਇਹ ਦੋ ਦੋਸਤੋ ਪਲੇਟਾਂ ਬਿਲਕੁਲ ਖਸ ਗਿਆ ਜਿਹੜੇ ਇਹਨਾਂ ਦੇ ਬਾਹਰ ਨੂੰ ਦੋਸਤੋ ਇਹ ਕੰਨ ਬਣੇ ਹੋਏ ਨੇ ਨਾ ਤੇ ਇਹਦੀ ਮਦਦ ਨਾਲ ਹੀ ਇਹ ਘੁੰਮਦੀਆਂ ਨੇ ਪਲੇਟਾਂ ਤੇ ਉਹ ਅੱਗੇ ਜਾ ਕੇ ਮੈਂ ਦੱਸਦਾ ਕਿੱਦਾਂ ਘੁੰਮਦੀਆਂ ਨੇ ਤੇ ਇਹ ਵਾਲੀਆਂ ਦੋ ਪਲੇਟਾਂ ਦੋਸਤੋ ਤੇ ਇਹਨਾਂ ਦੇ ਇਹ ਪਾਰਟਸ ਟੁੱਟ ਗਏ ਨੇ ਇੱਥੋਂ ਤੇ ਜਿੱਤੇ ਕਰਕੇ ਇਹ ਫ੍ਰੀ ਹੋ ਜਾਂਦੀ ਹੈ ਦੋਸਤੋ ਤੇ ਫਿਰ ਇਹ ਜਦੋਂ ਕਲੱਚ ਤੋਂ ਕੰਮ ਲੈਂਦੇ ਆ ਤਾਂ ਨਹੀਂ ਕੰਮ ਕਰਦੀ ਹੈਗੀ ਤੇ ਹੁਣ ਆਪਾਂ ਦੋਸਤੋ ਪਲੇਟਾਂ ਆਪਾਂ ਬਾਹਰ ਕੱਢ ਲਈਆਂ ਸੀ ਉਸ ਤੋਂ ਬਾਅਦ ਵਿੱਚ ਜਿਹੜੀਆਂ ਪਿੰਨਾਂ ਲੱਗੀਆਂ ਹੁੰਦੀਆਂ ਨੇ ਇਹ ਅਸੀਂ ਵਿੱਚ ਪਾਤੀਆਂ ਸੀਗੀਆਂ ਕਿਉਂਕਿ ਉਹ ਦਿਖਾਉਣ ਵਾਸਤੇ ਕਿ ਇਹ ਜਿਹੜੀ ਅੱਗੇ ਵਾਸਤੇ ਇਹ ਜਿਹੜਾ ਕਲੱਚ ਨੂੰ ਕਲੈਂਪ ਦੀ ਕਲੈਂਪ ਕਰਦੀਆਂ ਨੇ ਤੇ ਉਹ ਜਿਹੜੇ ਪੀਸ ਨੇ ਉਹ ਕਿਦਾਂ ਵਿੱਚ ਫਿੱਟ ਹੋਏ ਹੁੰਦੇ ਨੇ ਤੇ ਕਿਦਾਂ ਇਹ ਕੰਮ ਕਰਦੇ ਨੇ ਇਹ ਬਾਰੋ-ਬਾਰੀ ਆਪਾਂ ਤਿੰਨ ਕੱਢ ਕੇ ਆਪਾਂ ਪਿੰਨਾ ਤੇ ਇਹਨਾਂ ਨੂੰ ਦੋਸਤੋ ਬਾਹਰ ਕੱਢ ਰਹੇ ਆ ਆਪਾਂ ਤੇ ਹੁਣ ਆਪਾਂ ਇਹ ਵਾਲਾ ਦੋਸਤੋ ਜਿਹੜੇ ਪੀਸ ਪਾਰ ਕੱਢੇ ਨੇ ਇਹ ਇੱਕ ਵਾਰ ਸਾਡੇ ਕੋਲ ਟੁੱਟ ਗਿਆ ਸੀਗਾ ਤੇ ਫਿਰ ਇਹ ਕਿਤੋਂ ਮਿਲਦਾ ਨਹੀਂ ਹੈਗਾ ਕਿਉਂਕਿ ਇਹ ਨੂੰ ਅਸੀਂ ਦੋਸਤੋ ਫਿਰ ਇਹ ਅਸੀਂ ਬਾਹਰ ਕੱਟ ਕਰਾਇਆ ਸੀ ਇਹ ਪੀਸ ਇੱਕ ਪੀਸ ਲੈ ਕੇ ਤੇ ਉਹਦੇ ਵਿੱਚੋਂ ਅਸੀਂ ਵਾਇਰ ਕੱਟ ਕਰਾ ਕੇ ਫਿਰ ਇਹ ਤਿਆਰ ਕਰਕੇ ਪਾਇਆ ਸੀਗਾ ਤੇ ਇਹ ਵੈਸੇ ਆ ਮਿਲਦੇ ਬਹੁਤ ਘੱਟ ਨੇ ਕਿਉਂਕਿ ਮਸ਼ੀਨਾਂ ਦਾ ਪਾਰਟ ਥੋੜਾ ਜਿਹਾ ਮੁਸ਼ਕਲ ਮਿਲਦਾ ਤੇ ਸਕੂਟਰ ਮੋਟਰਸਾਂ ਦੇ ਕਲੱਚਾਂ ਦਾ ਸਮਾਨ ਤਾਂ ਮਿਲ ਜਾਂਦਾ ਦੋਸਤੋ ਇਹ ਵਾਲੀਆਂ ਦੋਸਤੋ ਜਿਹੜੀ ਮੈਂ ਪਲੇਟਾਂ ਦੀ ਗੱਲ ਕਰ ਰਿਹਾ ਸੀ ਇਹ ਵਾਲੀਆਂ ਪਲੇਟਾਂ ਨੇ ਇਹ ਤੇ ਇਹ ਦੋ ਤਰ੍ਹਾਂ ਦੀਆਂ ਪਲੇਟਾਂ ਨੇ ਇੱਕ ਫ੍ਰਿਕਸ਼ਨ ਪਲੇਟ ਆ ਤੇ ਦੂਸਰੀ ਹੈਗੀ ਆ ਆਪਣੇ ਹੈਗੀ ਆ ਪ੍ਰੈਸ਼ਰ ਪਲੇਟ ਤੇ ਇਹ ਦੋਸਤੋ ਇੱਕ ਦੇ ਦੰਦੇ ਅੰਦਰ ਨੂੰ ਬਣੇ ਹੁੰਦੇ ਨੇ ਤੇ ਦੂਸਰੀ ਦੇ ਪਲੇਟ ਦੇ ਦੋਸਤੋ ਦੰਦੇ ਬਾਹਰ ਨੂੰ ਹੁੰਦੇ ਨੇ ਜਿਹੜੇ ਬਣੇ ਹੁੰਦੇ ਨੇ ਤੇ ਇੱਕ ਨੇ ਰੋਡ ਦੇ ਨਾਲ ਦੋਸਤੋ ਘੁੰਮਦੇ ਰਹਿਣਾ ਹੁੰਦਾ ਤੇ ਦੂਸਰੀ ਨੇ ਜਿਹੜਾ ਬਾਹਰਲੇ ਪਾਸੇ ਡਰਾਈਵਿੰਗ ਕੱਪ ਬਣਿਆ ਹੁੰਦਾ ਜਾਂ ਜੀ ਨੂੰ ਕਲੱਚ ਬਾਸਕਟ ਕਹਿੰਦੇ ਆ ਉਹਦੀ ਮੂਵਮੈਂਟ ਨੂੰ ਉਹਦੇ ਨਾਲ ਘੁੰਮਣਾ ਹੁੰਦਾ ਕਿ ਇਹ ਦੇਖੋ ਇੱਕ ਦੇ ਅੰਦਰਲੇ ਪਾਸੇ ਦੰਦੇ ਨੇ ਦੋਸਤੋ ਤੇ ਜਿਹੜੀ ਦੂਜੀ ਪਲੇਟ ਆ ਤੇ ਉਹਦੇ ਬਾਹਰਲੇ ਪਾਸੇ ਨੇ ਇਹ ਇੱਕ ਅੰਦਰ ਤੇ ਇੱਕ ਬਾਹਰ ਦੋਸਤੋ ਅਲੱਗ-ਅਲੱਗ ਇੱਕ ਇਸੇ ਤਰ੍ਹਾਂ 1/1 ਪਈਆਂ ਹੁੰਦੀਆਂ ਨੇ ਇਹ ਵਾਲੀਆਂ ਪਲੇਟਾਂ ਤੇ ਇਹ ਜਿਹੜੀਆਂ ਪਲੇਟਾਂ ਆਪਣੀ ਟੁੱਟ ਗਈਆਂ ਸੀ ਦੋਸਤੋ ਤੇ ਫਿਰ ਆਪਾਂ ਨੇ ਇੱਕ ਮਟੀਰੀਅਲ ਲਿਆ ਤੇ ਵੈਸੇ ਤਾਂ ਇਹ ਸਪਰਿੰਗ ਟਾਈਪ ਮਟੀਰੀਅਲ ਹੁੰਦਾ ਦੋਸਤੋ ਉਦੇ ਚੋਂ ਫਿਰ ਆਪਾਂ ਨੇ ਤਿਆਰ ਕਰਨੀਆਂ ਹੁੰਦੀਆਂ ਨੇ ਤੇ ਸਾਡੇ ਕੋਲ ਇੱਕ ਪਲੇਟ ਸੀਗੀ ਉਹਦੇ ਵਿੱਚੋਂ ਦੋਸਤੋ ਅਸੀਂ ਵਾਇਰ ਕੱਟ ਕਰਾ ਕੇ ਪੀਸ ਨੂੰ ਤੇ ਉਸ ਤੋਂ ਬਾਅਦ ਚ ਗ੍ਰੈਂਡਿੰਗ ਮਸ਼ੀਨ ਤੇ ਗ੍ਰੈਂਡ ਕਰਕੇ ਇਹਨੂੰ ਜਿੰਨਾ ਸਾਈਜ਼ ਚਾਹੀਦਾ ਅਸੀਂ ਦੋਸਤੋ ਉਹਨਾਂ ਸਾਈਜ਼ ਤਿਆਰ ਕਰਕੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜੇ ਹਲਕੇ ਹਲਕੇ ਗਰੂਪ ਪਏ ਹੁੰਦੇ ਆ ਜਿਹਦੇ ਵਿੱਚ ਤੇਲ ਵਿੱਚ ਤੇਲ ਚੱਲਿਆ ਜਾਂਦਾ ਤੇ ਨਾਲ ਇਹ ਮਤਲਬ ਆਪਣੀ ਮੂਵਮੈਂਟ ਬਣੀ ਰਹਿੰਦੀ ਹੈ ਵਿੱਚ ਤੇਲ ਵੀ ਰਹਿੰਦਾ ਤੇ ਫ੍ਰਿਕਸ਼ਨ ਵੀ ਬਣੀ ਰਹਿੰਦੀ ਹੈ ਉਹ ਵਾਲੇ ਦੋਸਤੋ ਅਸੀਂ ਬ੍ਰੀਕ ਟੂਲ ਬਣਾ ਕੇ ਉਹਦੀ ਮਦਦ ਦੇ ਨਾਲ ਫਿਰ ਅਸੀਂ ਇਹਦੇ ਵਿੱਚ ਉਸ ਤਰ੍ਹਾਂ ਦੇ ਗਰੂਪ ਪਾਏ ਫਰੇ ਦੇ ਵਿੱਚ ਤੇ ਗਰੂਪ ਪਾ ਕੇ ਫਿਰ ਇਹ ਜਾਨੀ ਪਲੇਟ ਨੂੰ ਅਸੀਂ ਹਾਰਡ ਕਰਕੇ ਉਸੇ ਤਰ੍ਹਾਂ ਤੇ ਇਹ ਪਲੇਟਾਂ ਦੇ ਵਿੱਚ ਹੁਣ ਅਸੀਂ ਅਗਰੂ ਪਾ ਲਿਆ ਦੋਸਤੋ ਤੇ ਫਿਰ ਉਸੇ ਤਰ੍ਹਾਂ ਅਸੀਂ ਹੁਣ ਇਹਨੂੰ ਫਿੱਟ ਕਰਾਂਗੇ ਤੇ ਇਹ ਪੁਰਾਣੀ ਪਲੇਟ ਆ ਦੋਸਤੋ ਇਹਦੇ ਵਿੱਚ ਵੀ ਦੇਖੋ ਸੇਮ ਉਸੇ ਤਰ੍ਹਾਂ ਗਰੁੱਪ ਪਏ ਹੋਏ ਨੇ ਜਿਸ ਤਰ੍ਹਾਂ ਹੁਣ ਅਸੀਂ ਨਮੀ ਦੇ ਵਿੱਚ ਪਾਇਆ ਸੇਮ ਤੇ ਹੁਣ ਆਪਾਂ ਦੋਸਤੋ ਪਲੇਟ ਦਾ ਸਾਰੀ ਸੈਟਿੰਗ ਕਰ ਲਈ ਆ ਤੇ ਹੁਣ ਅਸੀਂ ਦੋਸਤੋ ਪੂਰਾ ਸੈੱਟ ਬਣਾ ਕੇ ਉਸੇ ਤਰ੍ਹਾਂ ਪਾਉਣ ਲੱਗੇ ਆ ਤੇ ਅੰਦਰ ਜਿਹੜੇ ਤੁਹਾਨੂੰ ਥੋੜੇ ਥੋੜੇ ਕੱਟ ਦੇਖਦੇ ਆ ਹੁਣ ਥੋੜੇ نیچے ਆ ਗਏ ਵੈਸੇ ਤੇ ਅੰਦਰਲੇ ਪਾਸੇ ਕੱਟ ਆ ਜਿਹੜੇ ਉਹ ਅੰਦਰਲੇ ਪਾਸੇ ਉਹਦੇ ਵਿੱਚ ਸਲੋਟ ਦੇ ਵਿੱਚ ਫਿੱਟ ਹੋ ਜਾਣੇ ਆ ਤੇ ਬਾਹਰਲੇ ਦੋਸਤੋ ਬਾਹਰ ਵਾਲੇ ਕੱਪ ਦੇ ਵਿੱਚ ਫਿੱਟ ਹੋ ਜਾਣੇ ਆ ਇਹਨਾਂ ਨੂੰ ਤੁਸੀਂ ਚਾਹੇ ਇਕੱਠੇ ਪਾ ਲਓ ਚਾਹੇ ਇੱਕ-ਇੱਕ ਕਰਕੇ 1 ਵਾਈ 1 ਇਹ ਇੱਕ-ਇੱਕ ਪੀਸ ਨੂੰ ਤੁਸੀਂ ਆ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਿਆ ਸਲੋਟ ਅੰਦਰਲੇ ਪਾਸੇ ਵੀ ਆ ਦੋਸਤੋ ਇਹ ਆ ਅੰਦਰ ਵਾਲੀ ਸਲੋਟ ਹੁਣ ਅੰਦਰਲੇ ਪਾਸੇ ਉਹਦੇ ਵਿੱਚ ਪੈ ਗਈ ਹੈ ਕਲੱਚ ਦੇ ਤੇ ਇਹ ਬਾਹਰ ਵਾਲੀ ਹੋ ਗਈ ਹੈ ਤੇ ਇਹ ਫਿਰ ਅੰਦਰਲੀ ਤੇ ਬਾਹਰਲੀ ਇਸੇ ਤਰ੍ਹਾਂ ਕਰਕੇ ਇਹ ਸਾਰੀਆਂ ਪਲੇਟਾਂ ਨੂੰ ਅਸੀਂ ਇਹਦੇ ਵਿੱਚ ਫਿੱਟ ਕਰ ਰਹੇ ਹਾਂ ਹੁਣ ਫਿੱਟ ਕਰਨ ਤੋਂ ਬਾਅਦ ਦੇ ਵਿੱਚ ਇਹ ਦੋਸਤੋ ਉਹੀ ਪੀਸ ਜੀ ਨੇ ਕਲੈਂਪ ਤੇ ਡੀ ਕਲੈਂਪ ਕਰਾਉਣਾ ਇਹਨਾਂ ਨੂੰ ਕਿ ਜਦੋਂ ਇਹ ਆਪਣੇ ਮੂਵਮੈਂਟ ਕਰੂਗਾ ਤੇ ਇਹ ਪਲੇਟਾਂ ਨੂੰ ਜਦੋਂ ਆਪਸ ਵਿੱਚ ਘੁੱਟੂਗਾ ਤਾਂ ਫਿਰ ਜਿਹੜੀ ਪਲੇਟ ਸ਼ਾਵਰ ਦੇ ਨਾਲ ਘੁੰਮ ਰਹੀ ਆ ਤੇ ਜਿਹੜੀ ਸ਼ਾਵ ਤੇ ਦੂਸਰੀ ਜਿਹੜੀ ਕੱਪ ਦੇ ਨਾਲ ਘੁੰਮ ਰਹੀ ਆ ਇਹ ਜਦ ਨਹੀਂ ਤੇ ਇਹਨਾਂ ਨੂੰ ਕਲੈਂਪ ਨਹੀਂ ਕਰੂਗਾ ਫ੍ਰੀ ਘੁੰਮਣਗੇ ਆਪਸ ਵਿੱਚ ਤੇ ਤੇਲ ਇਹਦੇ ਵਿੱਚ ਜ਼ਰੂਰੀ ਹੈ ਕਿਉਂਕਿ ਇਹ ਗਰਮ ਨਾ ਹੋਣ ਤੇ ਫਿਰ ਜਦੋਂ ਇਹਨਾਂ ਨੂੰ ਕਲੈਂਪ ਕਰੂਗਾ ਫਿਰ ਇਹ ਇਹ ਇੱਕ ਦੂਜੇ ਨਾਲ ਪਕੜ ਬਣਾ ਕੇ ਤੇ ਫਿਰ ਇਹ ਪੂਰਾ ਕੰਮ ਕਰਨਗੇ ਆ ਇਹ ਕਲਚ ਦਾ ਤੇ ਕਲਚ ਦਾ ਤੁਹਾਨੂੰ ਪਤਾ ਹੀ ਹੈ ਦੋਸਤੋ ਮੋਟਰਸਾਈਕਲ ਦੇ ਵਿੱਚ ਜਿੱਦਾਂ ਹੁਣ ਆਪਾਂ ਕਲਚ ਛੱਡਦੇ ਆ ਤਾਰ ਵਾਲਾ ਆਪਾਂ ਮੁਠੇ ਤੋਂ ਤੇ ਜਿਉਂ-ਜਿਉਂ ਕਲਚ ਛੱਡਦੇ ਆ ਤੇ ਜਿਉਂ-ਜਿਉਂ ਕਲਚ ਦਬਦੇ ਆ ਜਿੱਦਾਂ ਇਹਦਾ ਆਪਾਂ ਛੱਡਦੇ ਜਾਂਦੇ ਹਾਂ ਉਸੇ ਤਰ੍ਹਾਂ ਇਹ ਵਰਕ ਕਰਨਾ ਸ਼ੁਰੂ ਕਰ ਦਿੰਦਾ ਤੇ ਜਦੋਂ ਆਪਾਂ ਦੱਬ ਲੈਂਦੇ ਆ ਤੇ ਉਹਦੇ ਨਾਲ ਫਿਰ ਇਹ ਮਤਲਬ ਅਲੱਗ-ਅਲੱਗ ਹੋਣ ਕਰਕੇ ਫ੍ਰੀ ਹੋ ਜਾਂਦੀਆਂ ਨੇ ਉਸੇ ਤਰ੍ਹਾਂ ਦੋਸਤੋ ਹੁਣ ਆਪਾਂ ਤਿੰਨੇ ਪਾਸੇ ਦੀਆਂ ਪਿੰਨਾ ਪਾ ਕੇ ਤੇ ਇਹਨੂੰ ਆਪਾਂ ਨੇ ਫਿੱਟ ਕਰ ਰਹੇ ਹੁਣ ਆਪਾਂ ਤੇ ਬਾਕੀ ਇੱਕ ਗੱਲ ਦੋਸਤੋ ਵੀ ਇਹਦੀ ਕੋਈ ਵੀ ਵੀਡੀਓ ਹਜੇ ਤੱਕ YouTube ਤੇ ਪੰਜਾਬੀ ਚ ਜਾਂ ਹਿੰਦੀ ਚ ਨਹੀਂ ਹੈਗੀ ਤੇ ਮੈਂ ਸੋਚਿਆ ਵੀ ਕਿਉਂ ਨਾ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਚਾਹਣ ਵਾਲਿਆਂ ਨੂੰ ਸਿੱਖਣ ਵਾਲਿਆਂ ਨੂੰ ਜਰੂਰ ਇਸ ਬਾਰੇ ਦੱਸਿਆ ਜਾਵੇ ਕਿ ਵੀ ਇਹ ਕਲਚ ਕਿੱਦਾਂ ਵਰਕ ਕਰਦਾ ਜ਼ਿਆਦਾਤਰ ਤੁਹਾਨੂੰ ਦੋਸਤੋ ਮੋਟਰਸਾਈਕਲ ਦੇ ਕਲਚ ਦੀਆਂ ਵੀਡੀਓ ਜਰੂਰ ਮਿਲ ਜਾਣਗੀਆਂ ਵੀਡੀਓ ਜਰੂਰ ਥੋੜੀ ਲੰਬੀ ਹੋ ਜਾਊਗੀ ਕਿਉਂਕਿ ਇਹਦੇ ਚ ਪੂਰਾ ਦਿਖਾਉਣ ਵਾਸਤੇ ਦੋਸਤੋ ਵੀਡੀਓ ਲੰਬੀ ਹੋ ਹੀ ਜਾਂਦੀ ਹੈ ਤੇ ਹੁਣ ਦੋਸਤੋ ਅਸੀਂ ਉੱਪਰ ਚੀਂ ਆਪਣੇ ਕਲਚ ਬਾਸਕਟ ਫਿੱਟ ਕਰਨ ਲੱਗੇ ਆਂ ਤੇ ਇਹ ਦੋਸਤੋ ਜਿਹੜੇ ਸਾਈਡ ਵਾਲੇ ਨੇ ਇਹ ਦੇਖੋ ਦੋਸਤੋ ਜਿੰਨੇ ਵੀ ਇਹਦੇ ਬਾਹਰ ਨੂੰ ਨਿਕਲੇ ਪਾਰਟ ਨੇ ਇਹ ਸਾਰੇ ਇਹਦੇ ਵਿੱਚ ਫਿੱਟ ਹੋ ਗਏ ਦੋਸਤੋ ਇੱਕ ਅੰਦਰਲੇ ਪਾਸੇ ਸੀਗੇ स्लॉट ਦੇ ਪੈਣੇ ਸੀਗੇ ਤੇ ਇਹ ਬਾਹਰ ਵਾਲੀ स्लॉट ਦੇ ਵਿੱਚ ਇਹ ਫਿੱਟ ਹੋ ਗਏ ਨੇ ਤੇ ਘੁਮਾ ਕੇ ਵੀ ਦੇਖ ਰਹੇ ਆਂ ਵੀ ਬਿਲਕੁਲ ਓਕੇ ਆ ਤੇ ਕੋਈ ਹਜੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਲੱਗ ਰਹੀ ਬਿਲਕੁਲ ਠੀਕ ਆ ਤੇ ਆਹ ਵਾਲਾ ਦੋਸਤੋ ਚੈੱਕ ਕਰ ਰਿਹਾ ਵੀ ਹਾਂ ਮੂਵਮੈਂਟ ਕਰ ਰਿਹਾ ਕਿ ਨਹੀਂ ਕਰ ਰਿਹਾ ਤੇ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਉਹਨੂੰ ਕਲੱਚ ਨੂੰ ਜਦੋਂ ਦਬਦਿਆਂ ਦਬ ਰਿਹਾ ਤੇ ਹੁਣ ਦੋਸਤੋ ਅ ਅਸੀਂ ਵੇਰਿੰਗ ਫਿਟ ਕਰਨ ਲੱਗੇ ਹਾਂ ਤੇ ਇਹ ਦੂਸਰੀ ਸਾਈਡ ਵੇਰਿੰਗ ਲੱਗਣਾ ਜਿਹੜਾ ਪਰਲੀ ਸਾਈਡ ਇਹਨੂੰ ਸਾਰੇ ਦੇ ਸਾਰੇ ਕਲੱਚ ਨੂੰ ਸਿਸਟਮ ਨੂੰ ਪਰਲੇ ਪਾਸਿਓਂ ਗਾਈਡ ਕਰਦਾ ਜਦੋਂ ਜਿੱਥੇ ਜਦੋਂ ਫਿਟ ਹੋ ਜਾਂਦੀ ਹੈ ਦੋਸਤੋ ਤੇ ਇਹਨੂੰ ਅਗਲੇ ਪਾਸਿਓ ਉਹਨੇ ਗਾਈਡ ਰੱਖਣਾ ਤੇ ਜਿਹੜੀ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਪਲੇਟ ਖੋਲੀ ਸੀ ਵੱਡੇ ਵਾਲੀ ਜਿਹੜੀ ਤੁਹਾਨੂੰ ਦਿਖਾਈ ਸੀ ਸੀਲ ਪਈ ਸੀ ਉਹਨੇ ਬਾਹਰਲੇ ਪਾਸੇ ਬੋਡੀ ਦੇ ਜਾ ਕੇ ਦੋਸਤੋ ਫਿੱਟ ਹੋਣਾ ਤੇ ਹੁਣ ਅਸੀਂ ਇਹ ਮਸ਼ੀਨ ਦੇ ਵਿੱਚ ਦੋਸਤੋ ਫਿੱਟ ਕਰਨ ਲੱਗੇ ਆ ਲੇਥ ਮਸ਼ੀਨ ਦੇ ਵਿੱਚ ਤੇ ਇਹ ਵਾਲਾ ਦੋਸਤੋ ਕਲਚ ਨੂੰ ਆਪਣੇ ਅੰਗੇਜ ਡਿਸਕ ਅੰਗੇਜ ਕਰਨ ਦੇ ਕੰਮ ਕਰ ਰਿਹਾ ਇਹੇ ਵਾਲਾ ਪਾਰਟ ਤੇ ਇਹ ਵੀ ਅਸੀਂ ਫਿੱਟ ਕਰ ਰਹੇ ਆ ਇਹ ਵਾਲਾ ਕਲੱਚ ਦੋਸਤੋ ਲੀਵਰ ਨੂੰ ਲੱਗਿਆ ਹੋਇਆ ਜਦੋਂ ਆਪਾਂ ਨੇ ਚੱਕੇ ਦੇ ਜਿਹੜੇ ਚੱਕਰ ਨੇ ਉਹ ਰਿਵਰਸ ਜਾਂ ਫਾਰਵਰਡ ਕਰਦੇ ਹੁੰਦੇ ਨੇ ਜਿੱਦਾਂ ਹੁਣ ਚੂੜੀ ਪਾਉਣੀ ਹੁੰਦੀ ਆ ਦੋਸਤੋ ਉਹਦੇ ਵਾਸਤੇ ਇੱਕਦਮ ਸਾਨੂੰ ਰਿਵਰਸ ਤੇ ਇੱਕ ਵਾਰ ਦਮ ਫਾਰਵਰਡ ਚਾਹੀਦਾ ਹੁੰਦਾ ਤੇ ਉਹਦੇ ਵਾਸਤੇ ਦੋਸਤੋ ਫਿਰ ਇਹ ਕਲੱਚ ਬਹੁਤ ਹੀ ਵਧੀਆ ਕੰਮ ਕਰਦਾ ਤੇ ਵੈਸੇ ਵੀ ਮਸ਼ੀਨ ਵਾਸਤੇ ਜੇ ਕਲੱਚ ਲੱਗਿਆ ਹੋਵੇ ਦੋਸਤੋ ਤੇ ਮੋਟਰ ਤੇ ਕੋਈ ਜ਼ਿਆਦਾ ਲੋਡ ਨਹੀਂ ਪੈਂਦਾ ਕਿਉਂਕਿ ਜਿਉਂ-ਜਿਉਂ ਅਸੀਂ ਕਲੱਚ ਨੂੰ ਦੱਬਦੇ ਆ ਤੇ ਮੂਮੈਂਟ ਦੇ ਵਿੱਚ ਲਿਆਉਂਦੇ ਆ ਤੇ ਉਸ ਹਾਵ ਨਾਲ ਮੋਟਰ ਦੇ ਉੱਤੇ ਹਲਕਾ ਹਲਕਾ ਲੋਡ ਵਧਦਾ ਜਾਂਦਾ ਤੇ ਹੁਣੇ ਦੋਸਤੋ ਜਿਹੜਾ ਕਲੱਚ ਨੂੰ ਮੂਮੈਂਟ ਕਰਨ ਵਾਲਾ ਰਿਵਰਸ ਤੇ ਫਾਰਵਰਡ ਤੇ ਉਹ ਵਾਲਾ ਕਲੈਪਾ ਸੀ ਉੱਪਰਤੀ ਪਾਤਾ ਤੇ ਇਹ ਵਾਲੀ ਪਲੇਟ ਆ ਦੋਸਤੋ ਬਾਹਰਲੇ ਪਾਸੇ ਜਿਹੜੀ ਇਧਰਲੇ ਪਾਸੇ ਬੋਡੀ ਦੇ ਵਿੱਚ ਗਾਈਡ ਕਰੂਗੀ ਤੇ ਇਹਨੂੰ ਹੁਣ ਅਸੀਂ ਅੰਦਰਲੇ ਪਾਸੇ ਪੂਰਾ ਫਿਟ ਕਰਕੇ ਨਾਲ ਲਗਾ ਦਾਂਗੇ ਤੇ ਉਸ ਤੋਂ ਬਾਅਦ ਬੋਲਟ ਕਰਕੇ ਦੋਸਤੋ ਇਹਦੇ ਵਿੱਚ ਪੁਲੀ ਫਿਟ ਕਰ ਹੋ ਜਾਣੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਅਸੀਂ ਇਹਨੂੰ ਫਿਰ ਚਲਾ ਕੇ ਦੇਖਾਂਗੇ ਵੀ ਕਿਦਾਂ ਹੁਣ ਵੀ ਕੋਈ ਆਵਾਜ਼ ਜਾਂ ਕੋਈ ਪ੍ਰੋਬਲਮ ਤਾਂ ਨਹੀਂ ਕਰ ਰਿਹਾ ਇਹ ਇਹ ਜੇ ਇਹ ਵਾਲੀਆਂ ਦੋਸਤੋ ਜਿਹੜੀਆਂ ਗਰਾਰੀਆਂ ਨੇ ਇਹਨਾਂ ਨੇ ਜਦੋਂ ਅੱਗੇ ਮੂਵਮੈਂਟ ਕਰਨੀਆਂ ਤੇ ਇਹਦੇ ਨਾਲ ਹੀ ਅੱਗੇ ਜਾ ਕੇ ਜਿਹੜਾ ਇਹਦੇ ਗੇਅਰਬਾਕਸਾ ਦੇ ਵਿੱਚ ਮਕੈਨਿਜ਼ਮ ਜੋ ਵੀ ਫਿੱਟਾ ਉਹਨੂੰ ਮੂਵਮੈਂਟ ਦੇਣੀ ਆ ਇੱਥੋਂ ਹੀ ਮੂਵਮੈਂਟ ਅੱਗੇ ਜਾਣੀ ਆ ਤੇ ਉਹਦੇ ਹਿਸਾਬ ਨਾਲ ਹੀ ਦੋਸਤੋ ਸਾਰੀਆਂ ਗਰਾਰੀਆਂ ਨੇ ਚੱਲਣਾ ਉਸ ਤੋਂ ਬਾਅਦ ਚੱਕੇ ਨੇ ਲੀਟ ਚੈੱਕ ਕਰਦੇ ਜੋ ਵੀ ਆ ਉਹਨੇ ਘੁੰਮਣਾ ਤੇ ਜੇ ਕੋਈ ਗੇਅਰ ਸ਼ਿਫਟ ਕਰਨਾ ਜਿਹਦੇ ਉਹਦੇ ਵਾਸਤੇ ਵੀ ਇੱਥੋਂ ਹੀ ਸਟਾਰਟਿੰਗ ਹੁੰਦੀ ਹੈ ਜਿੱਦਾਂ ਇੰਜਣ ਦੇ ਨਾਲ ਆਪਾਂ ਕਲਚ ਲੱਗਿਆ ਹੁੰਦਾ ਤੇ ਰਿਵਰਸ ਵੀ ਚੱਲ ਰਿਹਾ ਤੇ ਫਾਰਵਰਡ ਵੀ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਤੇ ਕੋਈ ਕਿਸ ਕਿਸਮ ਦੀ ਆਵਾਜ਼ ਨਹੀਂ ਆਈ ਤੇ ਤੇਲ ਬਕਾਇਦਾ ਪ੍ਰੋਪਰ ਸਾਰਿਆਂ ਦੇ ਉੱਤੇ ਪੈਣਾ ਜ਼ਰੂਰੀ ਆ ਬਾਕੀ ਦੋਸਤੋ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਵੀਡੀਓ ਤੁਹਾਡੇ ਵਾਸਤੇ ਦੋਸਤੋ ਪੂਰੀ ਮਿਹਨਤ ਲਾ ਕੇ ਬਣਾਈ ਦੀ ਆ। ਕਾਫੀ ਸਮਾਂ ਲੱਗ ਜਾਂਦਾ ਇਹਨੂੰ ਖੋਲਣ ਵਾਸਤੇ ਤੇ ਕਸਣ ਵਾਸਤੇ। ਤੇ ਇਹ ਦੋਸਤੋ ਦੇਖੋ ਤੇਲ ਪੈ ਰਿਹਾ ਤੇ ਤੇਲ ਇਹਦੇ ਵਾਸਤੇ ਜ਼ਰੂਰੀ ਆ। ਜੇ ਤੇਲ ਨਹੀਂ ਹੋਊਗਾ ਦੋਸਤੋ ਤੇ ਇਹ ਕਲਚ ਫਿਰ ਪੂਰਾ ਵਰਕ ਨਹੀਂ ਕਰੇਗਾ ਕਿਉਂਕਿ ਉਹ ਜਿਹੜੀ ਪਲੇਟਾਂ ਨੇ ਉਹਨਾਂ ਨੇ ਜਿਹੜਾ ਉਹਦੇ ਵਿੱਚ ਫ੍ਰੈਕਚਰ ਹੁੰਦਾ ਉਹ ਬਹੁਤ ਜ਼ਿਆਦਾ ਵੱਜ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਹੀਟ ਹੋ ਜਾਂਦੀ ਆ। ਤੇ ਦੋਸਤੋ ਜਿਹੜੀ ਆਵਾਜ਼ ਆ ਉਹ ਮੈਂ ਮਿਊਟ ਕੀਤੀ ਹੋਈ ਆ ਕਿਉਂਕਿ ਅਸੀਂ ਜੋ ਤੁਹਾਨੂੰ ਨਾਲ ਦੀ ਨਾਲ ਆਵਾਜ਼ ਸਾਰੀ ਸੁਣਾਵਾਂਗੇ ਤੇ ਤੁਹਾਨੂੰ ਫਿਰ ਮੇਰੀ ਸਮਝ ਨਹੀਂ ਲੱਗੂਗੀ ਕਿਉਂਕਿ ਵੀਡੀਓ ਦੇ ਵਿੱਚ ਮੇਨ ਮਕਸਦ ਸਾਡਾ ਇਹੀ ਹੁੰਦਾ ਕਿ ਜੋ ਚੀਜ਼ ਸਮਝਣੀ ਦੀ ਜ਼ਰੂਰਤ ਆ ਵੀ ਉਹ ਬੰਦਿਆਂ ਦੇ ਤੱਕ ਪਹੁੰਚਾ ਸਕੀਏ ਤੇ ਜਿਹੜਾ ਗਿਆਨ ਆ ਉਹ ਬਾਕੀ ਭਰਾਵਾਂ ਨਾਲ ਵੰਡ ਸਕੀਏ ਬਾਕੀ ਮੇਰੀ ਟੀਮ ਨੇ ਦੋਸਤੋ ਲੇਅਰ ਮਸ਼ੀਨ ਓਕੇ ਆ ਤਿਆਰ ਕਰਤੀ ਆ ਤੇ ਵੀਡੀਓ ਵਧੀਆ ਲੱਗੇ ਤੇ ਫਿਰ ਦੁਬਾਰਾ ਤੋਂ ਕਹਿ ਰਿਹਾ ਵੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ